ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਬੇਟਾ? ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਇਕਜੋਤ ਕੌਰ। ਮੈਂ ਦਿੱਲੀ ਸ਼ਹਿਰ ਦੀ ਰਹਿਣ ਵਾਲੀ ਹਾਂ ਔਰ ਮੈਨੂੰ ਮਿਊਜ਼ਿਕ ਬਹੁਤ ਪਸੰਦ ਹੈ। ਮੈਨੂੰ ਮਿਊਜ਼ਿਕ ਦੀ ਇਨਸਪੀਰੇਸ਼ਨ ਮੇਰੀ ਮੰਮਾ ਤੋਂ ਮਿਲੀ। ਮੇਰੀ ਮੰਮਾ ਮਿਊਜ਼ਿਕ ਵਿੱਚ ਇੰਨਾ ਪ੍ਰੋਫੈਸ਼ਨਲੀ ਕਰ ਨਹੀਂ ਪਾਈ, ਬਟ ਉਹਨਾਂ ਦਾ ਸੁਪਨਾ ਪੂਰਾ ਕਰਨ ਮੈਂ ਵੌਇਸ ਆਫ ਪੰਜਾਬ ਵਿੱਚ ਆ ਰਹੀ ਹਾਂ। ਮੇਰੀ ਮੰਮਾ ਮੇਰੀ ਬੈਸਟ ਫਰੈਂਡ ਹੈ। ਅਸੀਂ ਦੋਨੋਂ ਬਹੁਤ ਸਾਰੀ ਮਸਤੀ ਕਰਦੇ ਹਾਂ। ਮੇਰੀ ਮੰਮਾ ਮੇਰੇ ਨਾਲ ਬੈਡਮਿੰਟਨ ਖੇਡਦੀ ਹੈ। ਸਿੰਗਿੰਗ ਮੇਰੇ ਲਈ ਬਹੁਤ ਵੱਡੀ ਚੀਜ਼ ਹੈ। ਮੇਰੀ ਮੰਮੀ ਪਾਪਾ ਦਾ ਸੁਪਨਾ ਹੈ ਕਿ ਮੈਂ ਬਹੁਤ ਵੱਡੀ ਸਿੰਗਰ ਬਣਾ ਔਰ ਇਹ ਸੁਪਨੇ ਨੂੰ ਪੂਰਾ ਕਰਨ ਮੈਂ ਵੌਇਸ ਆਫ ਪੰਜਾਬ ਵਿੱਚ ਆ ਰਹੀ ਹਾਂ ਔਰ ਮੈਂ ਜਿੱਤ ਕੇ ਜਾਵਾਂਗੀ। ਢੋਲ ਮੇਰਿਆ ਲੰਗੀ ਓਏ ਵਿੱਚ ਪਵੋਨੀਆਂ ਮੈਂ ਰੇਸ਼ਮ ਦੀਆਂ ਡੋਰਾਂ, ਵਿੱਚ ਪਵੋਨੀਆਂ ਮੈਂ ਰੇਸ਼ਮ ਦੀਆਂ ਡੋਰਾਂ। ਵੇ ਕੋਈ ਆਉਂਦਾ ਆਉਂਦਾ ਖੋਲ ਹੋ ਗਿਆ, ਵੇ ਕੋਈ ਆਉਂਦਾ ਆਉਂਦਾ ਹਾਂ ਵੇ ਕੋਈ ਆਉਂਦਾ ਆਉਂਦਾ ਖੋਲ ਹੋ ਗਿਆ। ਵੇ ਮੈਂ ਦੂਰ ਤੋਂ ਹੋਵੇ ਮੈਂ ਦੂਰ ਤੋਂ ਪਛਾਣ ਦੀਆਂ ਤੋਰਾਂ ਪਤਾ ਕੀ ਹੈ, ਤੁਸੀਂ ਕਿਤੇ ਕਿਤੇ ਤਾਂ ਬਹੁਤ ਅੱਛਾ ਗਾ ਰਹੇ ਹੋ, ਕਿਤੇ ਕਿਤੇ ਤੁਸੀਂ ਗੜਬੜ ਕਰਦੇ ਹੋ। ਇੱਦਾਂ ਕਿਉਂ ਨਰਵਸ ਹੋ? ਹਾਂਜੀ ਥੋੜ੍ਹਾ ਜਿਹਾ। ਨਰਵਸਨੈਸ ਨਾਲ ਕਿੱਦਾਂ ਚੱਲੇਗਾ? ਰਿਲੈਕਸ ਹੋ ਜਾਓ। ਇੱਦਾਂ ਸੋਚੋ ਤੁਸੀਂ ਸਿਰਫ ਆਪਣੇ ਲਈ ਗਾ ਰਹੇ ਹੋ, ਹੈ ਨਾ? ਇੱਕ ਗਾਣਾ ਹੋਰ ਸੁਣਾਓਗੇ ਸਾਨੂੰ? ਹਾਂਜੀ। ਰੋਣਾ ਨਹੀਂ ਹੈ ਬਸ। ਕਿਹੜਾ ਗਾਣਾ ਸੁਣਾਓਗੇ? ਹੋ ਲਾਲ ਮੇਰੀ ਪਤ ਰੱਖਿਓ ਬਲਾ ਝੂਲੇ ਲਾਲਨ ਸਿੰਧੜੀ ਦਾ ਸੇਵਨ ਦਾ ਸਕੀ ਸ਼ਾਬਾਸ ਕਲੰਦਰ ਦਮਾਦਮ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ ਦਮਾਦਮ ਮਸਤ ਕਲੰਦਰ ਅਲੀ ਦਮ ਦਮ ਦੇ ਅੰਦਰ ਹੋ ਲਾਲ ਮੇਰੀ ਹਾਏ ਲਾਲ ਮੇਰੀ। ਇਹਨੂੰ ਲੈ ਚੱਲੋ ਯਾਰ, ਯਾਰ ਪਲੀਜ਼ ਯਾਰ, ਇਹਦੇ ਵਰਗੀ ਸਵੀਟ ਆਈ ਦੀ। ਚੱਲ ਰੋਈ ਨਾ ਯਾਰ ਤੂੰ। ਲਾਲ ਮੇਰੀ ਪਤੇ ਰੱਖਿਓ ਬਲਾ ਝੂਲੇ ਲਾਲਣੇ ਸਿੰਦੜੀ ਦਾ ਸੇਵਣ ਦਾ ਸਕੀ ਸ਼ਾਬਾਸ। ਕੁਛ ਬੱਚਿਆਂ 'ਚ ਨਾ ਸੰਭਾਵਨਾ ਤੁਹਾਨੂੰ ਦਿਸਦੀ ਹੈ। ਹਾਂਜੀ, ਇਸ ਬੱਚੇ 'ਚ ਇੱਕ ਸੰਭਾਵਨਾ ਦਿਸਦੀ ਹੈ ਕਿ ਹਾਂ। ਮੈਂ ਉਹੀ ਗੱਲ ਕਹਿਣ ਲੱਗਾ ਸੀ, ਉਹਦੀ ਕੁਛ ਟੋਨ ਤੋਂ ਮਤਲਬ ਕਿ ਥੋੜੀ ਨਰਵਸ ਸੀ, ਜੋ ਥੋੜਾ ਜਿਹਾ ਓਪਨ ਅਪ ਹੋਈ ਤਾਂ ਉਹਨੇ ਵਧੀਆ ਗਾਇਆ ਤੇ ਹੁਣ ਅਗਲੇ ਰਾਊਂਡ 'ਚ ਹੋਰ ਮੈਨੂੰ ਲੱਗਦਾ ਥੋੜਾ ਰਿਲੈਕਸ ਹੋ ਕੇ ਗਾਏਗੀ। ਵਧੀਆ।